ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਮੇਰੇ ਭੈਣ ਭਰਾ ਸਾਰੇ ਘੈਂਟ ਹੋ? ਆਈ ਹੋਪ ਕਿ ਤੁਸੀਂ ਸਾਰੇ ਘੈਂਟ ਹੀ ਹੋਵੋ। ਤਾਂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਫਾਈਲ ਲੋਕ ਦੇ ਉੱਤੇ, ਪੁਰਤਗਾਲ ਦੇ ਪੇਪਰਾਂ ਦੇ ਉੱਤੇ। ਕਿ ਕਾਫੀ ਦਿਨ ਹੋ ਗਏ ਕਿ ਬਹੁਤ ਵੀਰ ਆਪਣੇ ਵੀਡੀਓ ਪਾਉਂਦੇ ਸੀ ਕਿ ਪੁਰਤਗਾਲ ਦੇ ਪੇਪਰ ਜਿਹੜੇ ਕਿ ਓਪਨ ਹੋਣ ਜਾ ਰਹੇ ਨੇ ਫਿਰ ਤੋਂ ਦੁਬਾਰਾ ਤੋਂ, ਉਹ ਕਿਸ ਕੈਟਾਗਰੀ ਦੇ ਵਿੱਚ ਓਪਨ ਹੋਣ ਜਾ ਰਹੇ ਨੇ, ਕਿਸ ਤਰੀਕੇ ਦੇ ਨਾਲ ਓਪਨ ਹੋਣ ਜਾ ਰਹੇ ਨੇ, ਉਹ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ, ਸਾਰਾ ਕੁਝ ਦੱਸਾਂਗੇ। ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ। ਬਾਕੀ ਚਲੋ ਜੀ, ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਸਟਾਰਟ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਵੀਰ ਮੇਰੇ, ਕਿ ਪੁਰਤਗਾਲ ਦੇ ਵਿੱਚ ਹੁਣ ਵੀਡੀਓ ਬਣਾਉਣ ਵਾਲੇ ਬਹੁਤ ਬੰਦੇ ਨੇ, ਜੋ ਸਹੀ ਜਾਣਕਾਰੀ ਦੇਣ ਵਾਲੇ ਆ ਉਹ ਕੁਝ ਕੀ ਆਪਣੇ ਭੈਣ ਭਰਾ ਹੈਗੇ ਨੇ, ਬਹੁਤ ਵਧੀਆ ਵਧੀਆ ਜਿਹੜੀ ਜਾਣਕਾਰੀ ਦਿੰਦੇ ਨੇ। ਪਰ ਕੁਝ ਤੇ ਹੁਣ ਜੇ ਮੰਨ ਲਓ ਉਹਨਾਂ ਨੇ ਸੁਣ ਲਿਆ ਕਿ ਓਪਨ ਹੋਣ ਲੱਗੇ ਨੇ, ਤੇ ਬਸ ਇਹਦੇ ਪਿੱਛੇ ਰਿਪੀਟ ਜਿਹੜੀ ਕਿ ਵੀਡੀਓ ਬਣਾ ਦੇਣੀ ਹੈ ਕਿ ਓਪਨ ਹੋਣ ਲੱਗੇ ਨੇ, ਓਪਨ ਹੋਣ ਲੱਗੇ। ਇਹ ਨਹੀਂ ਪਤਾ ਕਿ ਕਿਹੜੀ ਕੈਟਾਗਰੀ ਦੇ ਵਿੱਚ ਓਪਨ ਹੋਣ ਲੱਗੇ, ਕਿਸ ਤਰੀਕੇ ਦੇ ਨਾਲ ਓਪਨ ਹੋਣ ਲੱਗੇ ਨੇ, ਇਹ ਨਹੀਂ ਦੱਸਣਾ। ਬਸ ਇਹ ਕਹਿਣਾ ਕਿ ਸਾਨੂੰ ਵਿਊ ਲਾਈਕ ਆ ਜਾਣ, ਤੇ ਬਾਕੀ ਸਾਡਾ ਕੋਈ ਕੰਮ ਨਹੀਂ ਹੈਗਾ ਸਹੀ ਇਨਫੋਰਮੇਸ਼ਨ ਦੇਣੀ। ਸੋ ਵੀਰ ਮੇਰੇ, ਜਿਹੜੇ ਪੁਰਤਗਾਲ ਦੇ ਵਿੱਚ ਪੇਪਰ ਓਪਨ ਹੋਣ ਜਾ ਰਹੇ ਨੇ, ਜਿਹਦਾ ਕਿ ਲਾਅ ਪਾਸ ਹੋਇਆ ਹੁਣ, ਉਹ ਉਹਨਾਂ ਦਾ ਹੋਇਆ ਵਾ ਜਿਹੜੇ 2024 ਆਪਾਂ 2024 ਦੇ ਵਿੱਚ, ਜਿਨ੍ਹਾਂ ਨੇ 6ਵੇਂ ਮਹੀਨੇ ਦੀ 4 ਤਰੀਕ ਨੂੰ ਜਿਹੜੇ ਪੁਰਤਗਾਲ ਦੇ ਵਿੱਚ ਇੰਟਰ ਹੋ ਗਏ ਸੀਗੇ, ਜਾਂ ਉਸ ਤੋਂ ਪਹਿਲਾਂ ਜਿਹੜੇ ਇੰਟਰ ਹੋ ਗਏ ਸੀਗੇ, ਉਹਨਾਂ ਦੇ ਵਾਸਤੇ ਜਿਹੜਾ ਲਾਅ ਪਾਸ ਹੋਇਆ ਵਾ ਕਿ ਜੇ ਤੁਸੀਂ ਆਪਣਾ ਸਕਰੌਂਸਾ ਸ਼ਾਲ ਬਣਾਇਆ ਹੋਇਆ, ਜਾਂ ਤੁਸੀਂ ਫਾਈਨਾਂਸ ਬਣਾਇਆ ਹੋਇਆ, ਜਾਂ ਤੁਹਾਡੇ ਕੋਲ ਕੋਈ ਪ੍ਰੂਫ ਹੈ ਕਿ 19 ਤਰੀਕ ਨੂੰ ਅਸੀਂ ਪੁਰਤਗਾਲ ਦੇ ਵਿੱਚ ਜਿਹੜੇ ਕਿ ਇੰਟਰ ਹੋ ਗਏ ਸੀਗੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 4 ਤਰੀਕ ਨੂੰ 6ਵੇਂ ਮਹੀਨੇ ਦੀ 2024 ਨੂੰ ਜਿਹੜੇ ਕਿ ਪੇਪਰ ਬੰਦ ਕਰ ਦਿੱਤੇ ਸੀਗੇ ਪੁਰਤਗਾਲ ਦੇ ਵਿੱਚ। ਪਰ ਜਿਹੜਾ ਕਿ ਆਪਣੇ ਕੋਰਟ ਦੇ ਵਿੱਚ ਇਹ ਕੇਸ ਚੁੱਕਿਆ ਗਿਆ ਸੀਗਾ ਕਿ ਜਿਹੜੇ ਵੀਰ ਭਰਾ ਉਸ ਤਰੀਕ ਨੂੰ ਆਏ ਸੀਗੇ ਜਾਂ ਉਸ ਤੋਂ ਪਹਿਲਾਂ ਆਏ ਸੀਗੇ, ਉਹਨਾਂ ਨੂੰ ਜ਼ਰੂਰ ਪੇਪਰ ਜਿਹੜੇ ਕਿ ਦਿੱਤੇ ਜਾਣ, ਉਸੇ ਕਰਕੇ ਜਿਹੜਾ ਕਿ ਲਾਅ ਇਹ ਲਿਆਉਂਦਾ ਗਿਆ ਸੀਗਾ। ਸੋ ਉਹ ਲਾਅ ਜਿਹੜਾ ਕਿ ਹੁਣ ਪਾਸ ਹੋਇਆ ਆ, ਪਰ ਹਜੇ ਤੱਕ ਇਹ ਨਹੀਂ ਪਤਾ ਕਿ ਕਦੋਂ ਤੋਂ ਉਹ ਜਿਹੜੀ ਕਿ ਫਾਈਲ ਜਿਹੜੀ ਸਬਮਿਟ ਕਰਨੀ ਸ਼ੁਰੂ ਕਰਨੀ ਉਹਨਾਂ ਨੇ। ਬਾਕੀ ਇਹ ਹੈਗਾ ਕਿ ਜਿਹੜੇ ਭਰਾ ਆਪਣੇ 4 ਤਰੀਕ ਤੋਂ 6ਵੇਂ ਮਹੀਨੇ ਦੀ 2024 ਤੋਂ ਜਿਹੜੇ ਕਿ ਪੁਰਤਗਾਲ ਦੇ ਵਿੱਚ ਆ ਗਏ ਸੀਗੇ ਉਸ ਤੋਂ ਪਹਿਲਾਂ, ਉਹਨਾਂ ਵਾਸਤੇ ਇਹ ਲੋ ਜਿਹੜਾ ਕਿ ਪਾਸ ਕਰ ਦਿੱਤਾ ਕਿ ਉਹਨਾਂ ਨੂੰ ਜ਼ਰੂਰ ਜਿਹੜੇ ਪੇਪਰ ਮਿਲਣੇ, ਅੱਜ ਮਿਲਣ, ਕੱਲ੍ਹ ਮਿਲਣ, ਜਦੋਂ ਵੀ ਮਿਲਣੇ ਉਹਨਾਂ ਨੂੰ ਜ਼ਰੂਰ ਮਿਲਣੇ ਆ। ਬਾਕੀ ਜਿਹੜੇ ਵੀਰ ਆਪਣੇ ਨਵੇਂ ਆਏ ਸੀਗੇ ਜਾਂ ਉਸ ਤੋਂ ਬਾਅਦ ਆਏ ਨੇ, ਜਾਂ ਜਿਹੜੇ ਹੁਣ ਨਵੇਂ ਆਉਣੇ ਆ, ਉਹਨਾਂ ਵਾਸਤੇ ਹਜੇ ਤੱਕ ਉਹਨਾਂ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ ਕਿ ਕਦੋਂ ਉਹਨਾਂ ਨੇ ਪੇਪਰ ਖੋਲ੍ਹਣੇ ਆ, ਕਦੋਂ ਨਹੀਂ ਖੋਲ੍ਹਣੇ, ਕਿਉਂਕਿ ਉਹਨਾਂ ਕੋਲ ਹਜੇ ਵੀ ਪੁਰਾਣਾ ਜਿਹੜਾ ਰਸ਼ ਆ ਉਹ ਬਹੁਤ ਜ਼ਿਆਦਾ ਆ। ਸੋ ਉਹਦੇ ਕਰਕੇ ਉਹਨਾਂ ਨੇ ਕਿਹਾ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ, ਹਜੇ ਫੈਮਿਲੀ ਰੀਨਿਊ ਦੀਆਂ ਵੀ ਜਿਹੜੀਆਂ ਅਪੁਆਇੰਟਮੈਂਟਾਂ ਉਹਨਾਂ ਨੇ ਹਾਲੇ ਤੱਕ ਓਪਨ ਨਹੀਂ ਕੀਤੀਆਂ ਹੈਗੀਆਂ ਕਿ ਹਾਂ ਵੀ ਤੁਸੀਂ ਆਪਣੀ ਫੈਮਿਲੀ ਨੂੰ ਵੀ ਜਿਹੜਾ ਕਿ ਪੁਰਤਗਾਲ ਜਲਦੀ ਤੋਂ ਜਲਦੀ ਬੁਲਾ ਸਕਦੇ। ਸੋ ਵੀਰ ਮੇਰੇ, ਅਫਵਾਹਾਂ ਤੋਂ ਬਚੋ ਜਿੰਨਾ ਬਚ ਸਕਦੇ ਹੋ, ਪੈਸੇ ਨਾ ਕਿਸੇ ਨੂੰ ਦਿਓ, ਕਿਉਂਕਿ ਜਿਹੜਾ ਤੁਹਾਨੂੰ ਕਹਿੰਦਾ ਕਿ ਪੁਰਤਗਾਲ ਦੇ ਵਿੱਚ ਤੇਰੀ ਮੈਂ ਫਾਈਲ ਲੌਕ ਕਰਵਾ ਦੂੰਗਾ, ਜਾਂ ਤੈਨੂੰ ਮੈਂ ਵਕੀਲ ਰਾਹੀਂ ਤੇਰਾ ਇੱਦਾਂ ਕੇਸ ਕਰਵਾ ਦੂੰਗਾ, ਉਹ ਕਰਾ ਦੂੰਗਾ, ਵੀਰ ਮੇਰੇ ਜਦੋਂ ਤੱਕ ਵੈਬਸਾਈਟ ਨਹੀਂ ਚੱਲਦੀ ਉਦੋਂ ਤੱਕ ਤੁਸੀਂ ਕੁਛ ਹੀ ਨਹੀਂ ਕਰ ਸਕਦੇ। ਜਿੰਨੇ ਮਰਜ਼ੀ ਲੋਕਾਂ ਨੂੰ ਪੈਸੇ ਦੇਈ ਜਾਓ, ਖਵਾਈ ਜਾਓ, ਇੱਥੇ ਨਹੀਂ ਲੋਕਾਂ ਦਾ ਢਿੱਡ ਭਰਨਾ। ਸੋ ਵੀਰ ਮੇਰੇ, ਜਿੰਨੇ ਵੀ ਆਪਣੇ ਭੈਣ ਭਰਾ ਆਪਾਂ ਨੂੰ ਦੇਖਦੇ ਆ, ਫੋਲੋ ਕਰਦੇ, ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਜਿਹੜੀਆਂ ਕਿ ਆਪਣੇ ਭਰਾਵਾਂ ਨੂੰ ਜਿਹੜੇ ਕਿ ਪੈਸਿਆਂ ਤੋਂ ਠੱਗਾ ਚੋਰਾਂ ਤੋਂ ਜਿਹੜੇ ਕਿ ਬਚ ਸਕਣ, ਸਹੀ ਆਪਾਂ ਇਨਫੋਰਮੇਸ਼ਨ ਦੇ ਦੀ ਸਹੀ। ਸੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅੱਜ ਦੀ ਇਹੀ ਵੀਡੀਓ ਸੀਗੀ, ਅਤੇ ਵੱਧ ਤੋਂ ਵੱਧ ਜ਼ਰੂਰ ਜਿਹੜੀ ਕਿ ਸ਼ੇਅਰ ਕਰਿਓ। ਮਿਲਦੇ ਅਗਲੀ ਵੀਡੀਓ ਦੇ ਵਿੱਚ, ਰੱਬ ਰੱਖਾ।